ਅਮਰੀਕਾ ਵਿੱਚ ਇੱਕ ਹੋਰ ਸਿੱਖ ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਐਪ ਆਧਾਰਿਤ ਟੈਕਸੀ ਸੇਵਾ ਉਬਰ ਦੇ ਸਿੱਖ ਡਰਾਈਵਰ ਬਾਰੇ ਇੱਕ ਯਾਤਰੀ ਨੇ ਨਸਲੀ ਟਿੱਪਣੀ ਕੀਤੀ, ਉਸ ਨੂੰ ਗਲਾ ਘੁੱਟ ਕੇ ਮਾਰਨ ਦਾ ਯਤਨ ਵੀ ਕੀਤਾ ਗਿਆ। ਇਹ ਘਟਨਾ ਬੀਤੀ 5 ਦਸੰਬਰ ਨੂੰ ਵਾਸ਼ਿੰਗਟਨ ਦੇ ਸ਼ਹਿਰ ਬਲਿੰਗਮ ਵਿੱਚ ਵਾਪਰੀ। ਡਰਾਈਵਰ ਦੇ ਫੋਨ ਤੋਂ ਬਾਅਦ ਘਟਨਾਵਲੀ ਥਾਂ ਪਹੁੰਚੀ ਪੁਲਿਸ ਨੇ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ। ਸਿੱਖ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ 5 ਦਸੰਬਰ ਨੂੰ ਯਾਤਰੀ ਗ੍ਰਿਫਨ ਲੇਵੀ ਸੇਅਰਸ, ਜਿਸ ਦੀ 22 ਸਾਲ ਉਮਰ ਸੀ, ਉਸਨੇ ਕੁਝ ਖਰੀਦਦਾਰੀ ਲਈ ਕੈਬ ਬੁੱਕ ਕੀਤੀ ਸੀ। ਵਾਪਸੀ ਸਮੇਂ ਉਹ ਅਚਾਨਕ ਹਿੰਸਕ ਹੋ ਕੇ ਅਤੇ ਡਰਾਈਵਰ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਉਸਨੇ ਨਸਲੀ ਟਿੱਪਣੀਆਂ ਵੀ ਕੀਤੀਆਂ। ਸਿੱਖ ਡਰਾਈਵਰ ਕਿਸੇ ਤਰ੍ਹਾਂ ਆਪਣੀ ਕਾਰ ਵਿੱਚੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਅਤੇ ਹੈਲਪਲਾਈਨ 'ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਅਮੈਰੀਕਨ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਿੱਖਾਂ 'ਤੇ ਸਭ ਤੋਂ ਵੱਧ ਨਸਲੀ ਹਮਲੇ ਕੀਤੇ ਜਾਂਦੇ ਹਨ। ਸਾਲ 2017 ਤੋਂ ਬਾਅਦ ਸਿੱਖਾਂ ਖਿਲਾਫ਼ ਹੋਣ ਵਾਲੇ ਨਸਲੀ ਅਪਰਾਧਾਂ ਵਿੱਚ 200% ਵਾਧਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਸਿੱਖਾਂ ਖਿਲਾਫ਼ ਨਫ਼ਰਤ ਦੇ ਅਪਰਾਧ ਹਮੇਸ਼ਾ ਨਾਗਰਿਕ ਅਧਿਕਾਰਾਂ ਅਤੇ ਘੱਟ ਗਿਣਤੀ ਸਮੂਹਾਂ ਲਈ ਰਡਾਰ 'ਤੇ ਰਹੇ ਹਨ। ਪਿਛਲੇ ਮਹੀਨੇ ਜਾਰੀ ਇੱਕ ਰਿਪੋਰਟ ਵਿੱਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਿੱਖਾਂ ਨੂੰ ਦੇਸ਼ ਦੇ 3ਰੇ ਸਭ ਤੋਂ ਵੱਡੇ ਸਮੂਹਾਂ ਦੇ ਰੂਪ ਦੇ ਵਿੱਚ ਪਹਿਚਾਣਿਆ ਗਿਆ, ਜਿਨ੍ਹਾਂ 'ਤੇ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਸਭ ਤੋਂ ਵੱਧ ਨਸਲੀ ਹਮਲੇ ਦਰਜ ਕੀਤੇ ਗਏ ਹਨ। FBI ਦੀ ਰਿਪੋਰਟ ਮੁਤਾਬਕ 2017 ਤੋਂ ਬਾਅਦ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਵਿੱਚ 200% ਵਾਧਾ ਦਰਜ ਹੋਇਆ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।